ਅੱਧਾ ਅੱਧ ਵਿਚਾਲਾ ਜਾਗਾ, ਪਹਿਲਾਂ ਜਿੰਨੀ ਵੋਟ ਤਾਂ ਨਹੀਂ ਪੈਂਦੀ, ਖੈਰ ਦੂਸਰੀਆਂ ਪਾਰਟੀਆਂ ਟੱਕਰ ਦੇਣੀ। 14 ਤੋਂ ਲੈ ਕੇ ਇੱਥੇ ਕੋਈ ਪੱਲੀ ਵੀ ਨਹੀਂ ਵਿਛਾ ਕੇ ਦਿੰਦਾ ਭਵੰਤ ਮਾਨ ਦੇ ਤੇ, ਸਾਰੇ ਡਰਦੇ ਅਕਾਲੀਆਂ ਤੋਂ, ਕੋਈ ਨਹੀਂ ਭਵੰਤ ਨਾਲ ਖੜਦਾ। ਦੀ ਦੋ ਵਾਰੀ MP ਜਿੱਤਿਆ, ਫਿਰ ਜਦੋਂ CM ਬਣਿਆ ਉਦੋਂ ਚੱਲੇ ਨੇ ਪਿੰਡ ਵਾਲੇ। ਹੈਗਾ ਫਿਰ ਇਸ ਵਾਰ ਚਾਂਸ ਹੈਗਾ ਵੀ ਜਿਹੜੇ 100 ਵਾਲੇ ਹੈਗੇ ਉਹ ਇੱਕ ਪਾਸੜ ਨਹੀਂ ਜਾਂਦੇ, ਵੋਟ ਪਏ ਤੁਸੀਂ ਪਤਾ ਲੱਗੂ ਜੀ। ਹੁਣ ਉਸ ਤੋਂ ਬਾਅਦ ਜੋ CM ਬਣ ਗਿਆ ਫਿਰ ਉਹ ਖੁਦਾ ਬਣ ਗਿਆ, ਉਹ ਕਹਿੰਦਾ ਮੈਂ ਨਹੀਂ ਮਿਲਦਾ ਕਿਸੇ ਨੂੰ, ਮੁੜ ਕਿਉਂ ਮਿਲਿਆ। ਹੁਣ ਬੁੜੀਆਂ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਦਲਿਆਂ ਦੇ ਬੱਠਲ ਭਰ ਲਓ, ਲੱਡੂ ਵੱਟ ਲਓ ਮਿੱਟੀ ਜੀ ਦੇ, ਵੀ ਜਿਹੜਾ ਆ ਜਾ ਕਰੂ ਛੌਂ ਕਰਦਿਆ ਕਰੋ, ਵੀ ਪਤਾ ਲੱਗੇ ਵੀ ਸਾਨੂੰ 1000 ਰੁਪਇਆ ਮਹੀਨਾ ਗਰੰਟੀ ਕਾਹਦੀ ਹੈ। ਇਹ ਤਾਂ ਕਹਿੰਦਾ ਤੁਸੀਂ ਮੈਂ ਸਕਿਉਰਿਟੀ ਲੈਂਦਾ ਹੀ ਨਹੀਂ, ਕਹਿੰਦਾ ਮੈਂ ਤਾਂ ਤੁਹਾਡੇ ਵਰਗਾ ਆ ਖੜਾ ਹੈ ਕਹਿੰਦਾ। ਹੁਣ ਸਾਡੇ ਤੋਂ ਖਤਰਾ ਪਏਦਾ ਕਿਉਂ ਹੋ ਗਿਆ? ਜੇ ਸਾਡੇ ਤੋਂ ਖਤਰਾ ਪਏਦਾ ਤਾਂ ਅਸਤੀਫਾ ਦੇ ਦੇ। ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਪਹੁੰਚੇ ਹਾਂ, ਅਤੇ ਜੇ ਸੰਗਰੂਰ ਦੇ ਵਿੱਚ ਅਸੀਂ CM ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ ਨਾ ਗਏ, ਉੱਥੋਂ ਦੇ ਲੋਕਾਂ ਦਾ ਹਾਲ ਨਾ ਜਾਣਿਆ, ਤਾਂ ਫਿਰ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲ ਕਾਰਗੁਜ਼ਾਰੀ ਕੀ ਹੈ ਉਸ ਬਾਰੇ ਸ਼ਾਇਦ ਨਾ ਪਤਾ ਚੱਲੇ। ਹਾਲਾਂਕਿ ਸਤੌਜ ਤੋਂ ਲੈ ਕੇ ਪਿੰਡ, ਚਾਹੇ ਉਹ ਪਠਾਨਕੋਟ ਦਾ ਆਖਰੀ ਪਿੰਡ ਹੈ ਜਾਂ ਅਬੋਹਰ ਦਾ ਆਖਰੀ ਪਿੰਡ ਹੈ, ਇੱਥੋਂ ਤੱਕ ਸਰਕਾਰ ਦੀ ਕੀ ਪਕੜ ਹੈਗੀ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਆਪਣੇ ਵੱਖ ਵੱਖ ਐਪੀਸੋਡ ਦੇ ਵਿੱਚ। ਤਾਂ ਅੱਜ ਇਸੇ ਹੀ ਤਹਿਤ ਅਸੀਂ ਸੰਗਰੂਰ ਪਹੁੰਚੇ ਹਾਂ, ਤਾਂ ਜੋ ਅਸੀਂ ਜ਼ਮੀਨੀ ਪੱਧਰ ਦੇ ਉੱਪਰ ਪਹੁੰਚੀਏ ਕਿ ਆਖਰ ਦੇ ਵਿੱਚ ਸੰਗਰੂਰ 'ਚ ਹੈ ਕੀ ਹੈ ਜਿਹੜਾ ਰਾਜਨੀਤੀ ਦਾ ਗੜ੍ਹ ਕਿਹਾ ਜਾਂਦਾ ਹੈ ਆਮ ਆਦਮੀ ਪਾਰਟੀ ਦਾ। ਗੱਲਬਾਤ ਕਰਾਂਗੇ ਪਿੰਡ ਦੇ ਕੁਝ ਲੋਕ ਹੈ, ਮੈਂ ਜਿਸ ਜਗ੍ਹਾ 'ਤੇ ਬੈਠਿਆ ਸੀ ਇਹ CM ਭਗਵੰਤ ਮਾਨ ਵੱਲੋਂ ਬਣਾਈ ਗਈ ਹੈ ਸ਼ੈੱਡ ਹੈ, ਸ਼ੈੱਡ ਦੇ ਵਿੱਚ ਵਧੀਆ ਕੀਤਾ ਹੋਇਆ, ਪੱਖੇ ਲੱਗੇ ਹੈ, ਫਿਰ ਟੇਬਲ ਰੱਖੇ ਹੋਏ ਨੇ, ਬਜ਼ੁਰਗ ਬੈਠੇ ਹੈ, ਗੱਲਾਂ ਬਾਤਾਂ ਹੁੰਦੀਆਂ, ਸ਼ਾਮ ਨੂੰ ਇਕੱਠ ਹੁੰਦਾ, ਦੁੱਖ ਸੁੱਖ ਸਾਂਝੇ ਕੀਤੇ ਜਾਂਦੇ ਹੈ। ਤਾਂ ਹੁਣ ਇਹਨਾਂ ਦੇ ਨਾਲ ਅਸੀਂ ਸਾਂਝ ਪਾਵਾਂਗੇ ਇਲੈਕਸ਼ਨ ਦੀ। ਬਾਈ ਜੀ ਕੀ ਨਾਮ ਹੈ ਤੁਹਾਡਾ? ਗੁਰਸੇਵਕ ਸਿੰਘ ਜੀ। ਅੱਛਾ, ਪਿੰਡ ਦੇ ਹੀ ਰਹਿਣ ਵਾਲੇ ਹੈ ਨਾ? ਹਾਂਜੀ। CM ਨਾਲ ਪੜ੍ਹੇ ਹੋ ਜੀ? ਕਿੰਨਾ? ਨਹੀਂ ਵੀਰੇ, ਮੈਂ ਤਾਂ ਬਹੁਤ ਛੋਟਾ ਹੁੰਦਾ ਤਾਂ। ਅੱਛਾ, ਉਦੋਂ ਛੋਟੇ ਹੋ? ਹਾਂ। ਠੀਕ ਹੈ, ਮਿਲਦੇ ਹੁੰਦੇ ਜਦੋਂ ਪਿੰਡ ਆਉਂਦੇ? ਹਾਂਜੀ, ਮਿਲ ਪੈਂਦੇ ਹਾਂ। ਠੀਕ ਹੈ, ਮਾਹੌਲ ਕੀ ਹੈ ਪਿੰਡ ਦਾ ਚੋਣਾਂ ਨੂੰ ਲੈ ਕੇ? ਠੀਕ ਹੈ ਬਾਈ, ਬਸ ਅੱਧ ਵਿਚਾਲਾ ਜਾਗਾ, ਪਹਿਲਾਂ ਜਿੰਨੀ ਵੋਟ ਤਾਂ ਨਹੀਂ ਪੈਂਦੀ ਖੈਰ। ਕਾਰਨ ਕੀ ਬਣਿਆ? ਕਾਰਨ ਬਸ ਬਾਈ, ਹੁਣ ਪਿੰਡ 'ਚ ਜਿਹੜੇ ਮੰਨ ਲਾ ਕੰਮ ਹੁੰਦੇ ਆ ਉਹਨਾਂ 'ਚ ਕੋਈ ਕਿਸੇ ਦਾ ਕਿਵੇਂ ਹੋਗਾ, ਕਿਸੇ ਦਾ ਕਿਵੇਂ, ਰੁਕਾਵਟਾਂ ਪਈ ਜਾਂਦੀਆਂ ਨੇ, ਅਤੇ ਉੱਪਰ ਵਾਲੇ ਹੀ ਜਿਹੜੇ ਹੈ ਉਹੀ ਵਿੱਚ ਰੇੜਕਾ ਬਣੀ ਜਾਂਦੇ। ਹਾਂ, ਕਿਵੇਂ ਲਾਲਾ ਵੀ, ਬਸ ਚਾਹੇ ਅੱਗੇ ਵਾਲੇ ਲਾਲਾ ਚਾਹੇ ਪਿੱਛੋਂ ਲਾਲਾ, ਕੋਈ ਨਾ ਕੁਛ ਤਾਂ ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈਗੀ ਹੈ ਨਾ। ਅਤੇ ਇਸ ਵਾਰ ਫਿਰ ਕਿੱਧਰ ਭੁਗਤ ਰਹੇ ਹੈ ਸਤੌਜ ਵਾਲੇ? ਇਸ ਵਾਰ ਦੇਖੋ ਮਾਹੌਲ ਖਰਾਬ ਹੈ, ਟੱਕਰ ਦੇਣਗੇ, ਟੱਕਰ ਦੇਣਗੇ। ਉਹ 22 ਦੇ ਵਿੱਚ ਹਨੇਰੀ ਲਿਆਂਦੀ ਸੀ, ਉਹ ਨਹੀਂ ਹੋਣੀ, ਉਹ ਨਹੀਂ ਹੋਣੀ। ਮੈਂ ਸੁਣਿਆ ਸੀ ਵੀ ਕਹਿੰਦੇ ਵੀ 22 ਦੇ ਵਿੱਚ ਤਕਰੀਬਨ 100-200 ਵੋਟ ਵੱਖ ਗਈ ਹੈ, ਬਾਕੀ ਸਾਰਾ ਪਿੰਡ ਇੱਕ ਸਾਈਡ ਤੇ ਭੁਗਤ ਗਿਆ। ਪਹਿਲਾਂ ਤਾਂ 1800 ਪਲੱਸ ਵੋਟ ਪੈ ਗਈ ਸੀ। ਅੱਛਾ, ਇਹ ਕੀ ਨਹੀਂ, ਪਰ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੀ ਟੱਕਰ ਜਿਹੜੀ ਜਾਏ, ਦੂਸਰੀਆਂ ਪਾਰਟੀਆਂ ਟੱਕਰ ਦੇਣੀ ਹੈ। ਆਮ ਆਦਮੀ ਪਾਰਟੀ ਤਾਂ ਹੈ ਹੀ ਹੈ, ਹੋਰ ਇਸ ਲਾਈਨ ਦੇ ਵਿੱਚ ਕਿਹੜਾ ਕਿਹੜਾ ਹੈਗਾ ਵੀ ਜਿਹੜਾ ਅੱਗੇ ਵਧੇਗਾ ਜਾਂ ਫਿਰ ਟੱਕਰ ਦੇਗਾ? ਅੱਗੇ ਤਾਂ ਕਾਂਗਰਸ ਜਾਂ ਅਕਾਲੀ ਨੇ ਜੀ ਸਾਡੇ, ਜਾਂ ਸਿਮਰਜੀਤ ਮਾਨ ਆ, ਉਹਦੀ ਵੀ ਵੋਟ ਸਾਡੇ ਪਿੰਡ ਵਧੀਆ ਹੈ। ਅਕਾਲੀਆਂ ਦੀ ਹੈਗੀ ਹੈ? ਅਕਾਲੀਆਂ ਦੀ ਵੀ ਹੈਗੀ ਹੈ। ਇਸ ਵਾਰ ਜਾਏਗੀ? ਹਾਂ, ਇਸ ਵਾਰ ਜਾਊਗੀ ਬਾਈ, ਸਾਰਿਆਂ ਨਹੀਂ ਪਊਗੀ ਵੋਟ ਤਾਂ, ਇਸ ਬਰਾਬਰ ਹੀ ਜਾਊਗਾ, ਬਰਾਬਰ ਜਾਊਗਾ, ਇਸ ਵਾਰ ਇੱਕ ਤਰਫਾ ਨਹੀਂ ਹੋਏਗਾ ਮੁਕਾਬਲਾ, ਇੱਕ ਤਰਫਾ ਨਹੀਂ ਹੁੰਦਾ। ਠੀਕ ਹੈ, ਤਾਂ 22 ਦੇ ਵਿੱਚ ਜਿਵੇਂ ਦੱਸੇ ਬਾਈ ਨੇ 1900 ਵੋਟ ਪਈ ਸੀ, 1800 ਪਲੱਸ ਵੋਟ ਪੈ ਗਈ ਸੀ ਜੀ, ਉਸ ਦੇ ਵਿੱਚੋਂ ਕਿੰਨੀ ਗਈ ਸੀ? 200-300 ਹੀ ਮੈਨੂੰ ਲੱਗਦਾ ਹੈ ਨਾ, 200-300 ਵੋਟ ਪਲੱਸ। ਹਾਂਜੀ ਬਾਪੂ ਜੀ, ਕੀ ਨਾਮ ਕੀ ਹੈ? ਮੈਂ ਨਾਮ ਪੁੱਛਣ ਆਇਆ ਤੁਹਾਡੇ ਤੋਂ। ਕਰਨੈਲ ਸਿੰਘ ਜੀ। ਅਤੇ ਕਿਵੇਂ ਦੇਖ ਰਹੇ ਹੋ ਪਿੰਡ? ਮੈਨੂੰ ਤਾਂ ਇਸ ਦਾ ਪਤਾ ਹੀ ਨਹੀਂ, ਅਨਪੜ੍ਹ ਬੰਦੇ ਆਪਾਂ ਤਾਂ। ਕਿੰਨੀ ਪੈਲੀ ਕਰ? ਪੈਲੀ ਤਾਂ ਹੈਗਾ 30 ਕਿੱਲੇ, ਠੇਕੇ ਟੁਕੇ ਤੋਂ ਲੈ ਕੇ, ਠੇਕੇ ਤੇ ਲੈ ਕੇ। ਹਾਂ, ਆਮਦਨ ਵਧੀਆ ਹੋ ਜਾਂਦੀ? ਵਧੀਆ, ਝਾੜ ਸਹੀ ਨਿਕਲ ਰਿਹਾ? ਵਧੀਆ। ਤੁਹਾਡੇ ਇੱਧਰ ਤਾਂ ਨਹੀਂ ਲੱਗਦਾ ਹੋਏਗਾ ਮੈਨੂੰ ਲੱਗਦਾ, ਨਰਮਾ ਵਗੈਰਾ? ਨਾ ਨਰਮਾ ਜੀ, ਕਣਕ ਤੇ ਝੋਨਾ ਜੀ ਬਸ। ਕਣਕ ਸਹੀ ਹੈ ਹੁਣ? ਕਣਕ ਵਧੀਆ, ਲਿਫਟਿੰਗ ਸਾਰੀ ਹੋ ਗਈ ਹੈ, ਸਭ ਨਿਬੜ ਗਿਆ, ਸਭ ਨਿਬੜ ਗਿਆ, ਵਿਹਲੇ ਹੋ ਗਏ। ਝੋਨਾ ਫਿਰ ਪਨੀਰੀ ਬੀਜੀ ਹੈ? ਪਨੀਰੀ ਹਜੇ ਕਹਿੰਦੇ ਊਸ਼ਾ ਲਾਉਣ ਨਹੀਂ ਦਿੰਦੇ,
ਤਾਂ ਹੀ ਤਾਂ ਵੋਟ ਨਹੀਂ ਪਾਉਂਦੇ। ਕਿਹੜੀ ਪਾਣੀ ਲਾਣੀ ਕਿਹੜੀ ਹੈ ਵੀ ਉਸੇ ਹੀ ਲਿਖੜਦੀ ਸਾਡੇ ਤਾਂ ਚੱਜ ਨਾਲ, ਪਰ ਉਹ ਕਹਿੰਦੇ ਵੀ 120 ਦਿਨ ਲੈ ਲੈਂਦੀ ਹੈ। ਕਾਹਨੂੰ ਲੈ ਲੈਂਦੇ ਹੋ? 126 PR 127-28 ਲੈਂਦੇ ਪੰਗਾ ਹੈ। ਭਗਵੰਤ ਮਾਨ ਹੀ ਤੁਹਾਡੇ ਪਿੰਡ ਦਾ ਹੀ ਮੁੰਡਾ ਕਹਿ ਰਿਹਾ, CM ਪੰਜਾਬ ਦਾ ਕਹਿ ਰਿਹਾ ਵੀ ਤੁਸੀਂ ਜਿਹੜੀ 126 ਹੈ ਇਹ ਲਾਓ, ਕਿਉਂਕਿ ਇਹ ਮੈਨੂੰ ਕਹਿੰਦੇ ਵੀ 90 ਦਿਨਾਂ 'ਚ ਤਿਆਰ ਹੋ ਜਾਂਦੀ। 90 'ਚ ਤਾਂ ਹੋ ਜਾਂਦੇ, ਪਰ ਸਾਡਾ ਜਿਹੜਾ 90 ਨੂੰ ਹੁਣ 85,000 ਨੂੰ ਕਿੱਲਾ ਲੈਤਾ, 85 ਦੀ ਜੀਰੀ ਨਹੀਂ ਹੁੰਦੀ ਉਹ ਤੋਂ। ਅੱਛਾ, ਉਹਦਾ ਝਾੜ ਘੱਟ ਨਿਕਲਦਾ, ਉਹਦਾ 60 ਮਣ 70 ਮਣ ਹੋਊ ਮਸਾਂ, ਇਹ ਜਾਊਗੀ 100 ਮਣ। ਫਿਰ CM ਦੀ ਗੱਲ ਨਹੀਂ ਮੰਨਣੀ? CM ਦੀ ਕੀ ਮੰਨੀ, ਹੁਣ ਸਾਨੂੰ ਘਾਟਾ ਪਊ ਜਿਹੜਾ ਹੁਣ ਠੇਕੇ ਦੇ ਲਈ ਬੈਠੇ ਹਾਂ। ਗੱਲ ਤਾਂ ਸਹੀ ਹੈ ਬਾਈ ਦੀ, ਘਾਟਾ ਪੈਂਦਾ। ਨੌਲੇਜ ਤੁਸੀਂ ਪੂਰੀ ਰੱਖਦੇ ਹੋ, ਤੁਸੀਂ ਜਾਣ ਕੇ ਮੈਨੂੰ ਬੋਲਿਆ ਹੈ ਜਾਣ ਬੁੱਝ ਕੇ ਵੀ ਮੈਨੂੰ ਕੁਝ ਨਹੀਂ ਪਤਾ। ਅੱਛਾ, ਫਿਰ ਪਿੰਡ ਦਾ ਮਾਹੌਲ ਕੀ ਹੈ ਚੋਣਾਂ ਦਾ? ਮਾਹੌਲ ਤਾਂ ਦੇਖੋ ਜੀ, ਹੈਗੇ ਨੇ 5-4 ਬੰਦੇ, ਦੇਖੋ ਕਿਵੇਂ ਬਣੂ ਮਾਹੌਲ ਤਾਂ ਪਿੰਡ ਦਾ। ਪਿੱਛੋਂ ਤੁਹਾਨੂੰ ਪ੍ਰਧਾਨ ਜੀ ਕਹੀ ਜਾਂਦੇ ਆ ਸਾਰੇ, ਕਹਿਣੀ ਹੈ ਜਦੋਂ ਇਹਨਾਂ ਦੇ ਮਰਜ਼ੀ ਹੈ ਇਹਨਾਂ ਦੀ। ਪ੍ਰਧਾਨ ਹੋ ਤੁਸੀਂ? ਹਾਂ ਪ੍ਰਧਾਨ। ਅੱਛਾ, ਫਿਰ ਕੀ ਪ੍ਰਧਾਨ ਜੀ ਮਾਹੌਲ ਕੀ ਅਸਲ ਦੇ ਵਿੱਚ, ਕਿਉਂਕਿ ਸਤੌ ਜਿਹੜਾ ਹੈ ਉਸਨੂੰ ਪੂਰਾ ਅਬੋਹਰ ਦੇ ਲਾਸਟ ਪਿੰਡ ਲੈ ਲਓ ਜਾਂ ਪਠਾਨਕੋਟ ਦਾ ਲਾਸਟ ਪਿੰਡ ਲੈ ਲਓ ਜਾਂ ਇੱਧਰੋਂ ਅੰਮ੍ਰਿਤਸਰ ਦਾ ਲਾਸਟ ਪਿੰਡ ਲੈ ਲਓ, ਹੈ ਨਾ, ਸਾਰੀ ਦੀ ਨਜ਼ਰਾਂ ਇਸ ਪਿੰਡ 'ਤੇ ਹੈ ਵੀ ਇਹ ਪਿੰਡ ਦੇ ਵਿੱਚ CM ਹੈ, CM ਦਾ ਪਿੰਡ ਹੈਗਾ ਹੈ, ਪਰ ਇੱਥੇ ਕੀ CM ਦੇ ਵਾਕਈ ਉਹ ਕੰਮ ਹੋਏ ਹੈ ਜੋ ਹੋਣੇ ਚਾਹੀਦੇ ਸੀ? ਨਹੀਂ, ਕੰਮ ਤਾਂ ਖੈਰ ਠੀਕ ਹੋਏ ਨੇ ਵਧੀਆ। ਹੁਣ ਬਾਦਲ ਪਿੰਡ ਹੋ ਗਿਆ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਲਾ ਲਓ, ਉਹਨੇ ਤਾਂ ਨਹੀਂ ਹੋਇਆ, ਕੰਮ ਬਰਾਬਰ ਜਿਹਾ ਚੱਲਿਆ। ਬਾਦਲ ਕਿੱਦਾਂ ਸਾਰਾ ਕੁਛ ਕਰਕੇ ਪੱਧਰ ਆਪਦਾ ਇਹਦੋਂ ਘੱਟ ਹੋਇਆ। ਬਾਦਲ ਕਿਹਦੇ ਜਦੋਂ ਪਿੰਡ 'ਚ ਐਂਟਰ ਕਰਦੇ ਤਾਂ ਇਹ ਦਰਖਤ ਜਿਹੜੇ ਅਮੈਰੀਕਾ ਕਨੇਡਾ 'ਚ ਲੱਗੇ ਹੋ ਲੱਗੇ, ਸਾਡੇ ਨਹੀਂ ਹੋਏ। ਹੁਣ ਖੈਰ ਪੈਸੇ ਤਾਂ ਆ ਗਏ ਵਧੀਆ ਪਿੰਡ ਨੂੰ ਫਿਰ। ਹਾਂ, ਕੜਮ ਚੌਧਰੀ ਨਹੀਂ ਕੰਮ ਕਰਨ ਦਿੰਦੇ ਜਿਹੜੇ, ਕਿਹੜੇ ਹੈ ਕਿਹੜੇ ਹੈ ਐਂ ਜੀ, ਹੁਣ ਕੀ ਦੱਸੀਏ। ਚਲੋ ਨਾਮ ਤਾਂ ਨਹੀਂ ਲੈਣਾ, ਦੁਸ਼ਮਣੀ ਪੈ ਜਾਂਦੀ ਹੈ, ਮਤਲਬ ਹੈਗਾ ਫਿਰ ਇਸ ਵਾਰ ਚਾਂਸ ਹੈਗਾ ਵੀ ਜਿਹੜੇ ਸਤੌਜ ਵਾਲੇ ਹੈਗੇ ਇੱਕ ਪਾਸੜ ਨਹੀਂ ਜਾਂਦੇ। ਵੋਟ ਪਏ ਤੁਸੀਂ ਪਤਾ ਲੱਗੂ ਜੀ, ਹੁਣ ਅਸਲ ਵੋਟ ਤਾਂ ਹੁਣ ਅੱਧ ਤੋਂ ਜ਼ਿਆਦਾ ਮਨ ਕਰੇ ਪਰਾਂ ਵਗ ਜੇ, ਕੀ ਪਤਾ ਲੱਗਦਾ ਹੁਣ ਅਗਲੇ ਦੇ ਮਨ ਦਾ ਨਹੀਂ ਪਤਾ, ਜਿਹੜੇ ਹੁਣ ਗਾਲਾਂ ਦਿੰਦੇ ਨੇ ਉਹ ਤਾਂ ਪਾਉਂਦੀ ਨਹੀਂ। ਅੱਛਾ, ਹੈਗੇ ਇੱਦਾਂ ਦੇ ਵੀ? ਹੋਰ ਬਥੇਰੇ ਨੇ। CM ਨੂੰ ਨੂੰ ਪਾਰਟੀ ਪਾਰਟੀ ਨੂੰ ਪਿੰਡ ਵਾਲਿਆਂ ਦੀ, ਆਪ 'ਚ ਪਿੰਡ ਵਾਲਿਆਂ ਦੀ ਨਹੀਂ ਬਣਦੀ, CM ਨਾਲ ਤਾਂ ਕਿਸੇ ਦਾ ਵਿਰੋਧ ਨਹੀਂ। ਮਤਲਬ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਪਿੰਡ ਦੇ ਹੀ ਹੈ, ਉਹ ਆਪਸ 'ਚ ਨਹੀਂ, ਆਪ 'ਚ ਨਹੀਂ ਪਿੰਡ 'ਚ, ਕੜਾਮ ਚੌਧਰੀ ਬਣਦੇ। ਹਾਂ, ਭੋਲਾ ਸਿੰਘ ਇਹ ਵੀ ਉਹਨਾਂ 'ਚ ਇੱਕ ਹੈ। ਤੁਸੀਂ ਸਿੱਧੇ ਹੀ ਪਾਰਟੀ ਦਾ ਨੁਕਸਾਨ ਕਰ ਰਹੇ ਹੋ? ਨਹੀਂ ਜੀ, ਸਿੱਧਾ ਨਹੀਂ ਕਰਦੇ ਅਸੀਂ, ਟੇਢਾ, ਅਸੀਂ ਆਪਦੇ ਵੱਲੋਂ ਸਹੀ ਹਾਂ। ਕਿੱਦਾਂ ਕਿੱਦਾਂ ਮੈਨੂੰ ਦੱਸੋ ਕੀ ਮਤਲਬ ਅਸਲ ਦੇ ਵਿੱਚ ਹੈ ਕਹਾਣੀ ਕੀ? ਇਹ ਵੀ ਮੇਰੇ ਪਿੰਡ ਦੇ ਗਵਾਹ ਨੇ, 14 ਤੋਂ ਲਾ ਕੇ ਇੱਥੇ ਕੋਈ ਪੱਲੀ ਵੀ ਨਹੀਂ ਵਿਛਾ ਕੇ ਦਿੰਦਾ ਭਵੰਤ ਮਾਨ ਦੇ 'ਤੇ, ਸਾਰੇ ਡਰਦੇ ਅਕਾਲੀਆਂ ਤੋਂ, ਕੋਈ ਨਹੀਂ ਭਵੰਤ ਨਾਲ ਖੜਦਾ। ਦੀ 2 ਵਾਰੀ MP ਜਿੱਤਿਆ, ਫਿਰ ਜੋ CM ਬਣਿਆ ਉਦੋਂ ਚੱਲੇ ਨੇ ਪਿੰਡ ਵਾਲੇ, ਪਹਿਲਾਂ ਕੋਈ ਨਹੀਂ ਚੱਲਿਆ ਹੈਗਾ। ਉਸ ਤੋਂ ਬਾਅਦ ਜੋ CM ਬਣ ਗਿਆ ਫਿਰ ਉਹ ਖੁਦਾ ਬਣ ਗਿਆ, ਉਹ ਕਹਿੰਦਾ ਮੈਂ ਨਹੀਂ ਮਿਲਦਾ ਕਿਸੇ ਨੂੰ, ਮੁੜ ਕੇ ਉਹ ਮਿਲਿਆ ਨਹੀਂ। ਮੈਂ ਬਹੁਤ ਕੋਸ਼ਿਸ਼ਾਂ ਕਰੀਆਂ, ਵੀਡੀਓ ਵੀ ਪਾਈਆਂ, ਮੈਂ ਮਿਲਣ ਦੇ ਬਹੁਤ ਚਾਂਸ ਬਣਾਏ ਵੀ ਉਹਨੂੰ ਮਿਲ ਲਈਏ, ਕੋਈ ਗੱਲਬਾਤ ਹੋ ਜਾਂਦੀ ਬੰਦੇ ਦੀ। ਅਤੇ ਇੱਥੇ ਜਿਹੜੇ ਕੁਛ ਫੰਡਰ ਜਿਹੇ ਬੰਦੇ ਲੱਗੇ ਨੇ ਮੂਹਰੇ, ਜਿਹਨੂੰ ਕੜਮ ਚੌਧਰੀ ਬੋਲਦੇ ਨੇ, ਅਸਲ ਉਹ ਕੜਮ ਚੌਧਰੀ ਤਾਂ ਉਹ ਨੇ ਜਿਹੜਿਆਂ ਨੇ ਮਤਲਬ 50-60 ਲੱਖ ਦੀਆਂ ਭੜੋਲੀਆਂ ਫਾਲਤੂ ਨੁਕਸਾਨ ਕਰਤਾ, ਲੋਕਾਂ ਦੀ 1.25 ਕਰੋੜ ਦੀ ਕਣਕ ਮਧਾਤੀ, ਸਿਆਲ ਦੇ ਵਿੱਚ ਕਣਕ ਮੱਦੀ ਗਏ ਨੇ ਠੇਕੇਦਾਰ, ਉਦੋਂ ਕੰਮ ਚੱਲੀ ਗਿਆ, ਹੁਣ ਕੰਮ ਕੋਈ ਹੁਣ ਹੁੰਦੇ ਨਹੀਂ ਦਿੰਦੇ, ਕਣਕ ਮੱਦਣ ਵੇਲੇ ਉਹ ਰੋਜ਼ ਚਲਾਈ ਗਏ ਨੇ, ਬਹੁਤ ਨੁਕਸਾਨ ਕੀਤਾ। CM ਨੂੰ ਵੀ ਇਹਦੇ ਬਾਰੇ ਪਤਾ, CM ਨੂੰ ਮੇਰੇ ਪਿੰਡ ਦੀ ਭੋਰੋ ਗੱਲ ਦਾ ਪਤਾ, ਜਿਹੜੂ ਪੰਜਾਬ ਦੀ ਪਤਾ, ਪਿੰਡ ਦੀ ਤਾਂ ਪਹਿਲਾਂ ਪਤਾ ਹੋਣੀ, ਪਿੰਡ ਦੀ ਉਹਨੂੰ ਭੋਰੋ ਪਰ ਅਸੀਂ ਅੱਡ ਜਾਂਦੀ ਆ, ਤੁਸੀਂ ਵੀ ਪਤਾ, ਮੀਡੀਆ ਆ ਗਏ, ਮੀਡੀਆ ਨੂੰ ਵੀ ਪਤਾ, ਮੈਨੂੰ ਵੀ ਪਤਾ ਹੈਗਾ ਵੀ CM ਨੂੰ ਸਾਰਾ ਪਤਾ ਹੈ, ਜਿਹੜੀ ਮੈਂ ਗੱਲ ਕਰਦਾ ਉਹਦਾ ਵੀ ਪਤਾ ਹੈ, ਜਿਹੜੀ ਗੱਲ ਪਿੱਛੇ ਤਰਾਜ਼ਗੀ ਹੋਈ ਹੈ ਉਹਦੇ ਬਾਰੇ ਵੀ CM ਨੂੰ ਪਤਾ ਹੈ, ਪਰ CM ਨੂੰ ਹੁਣ ਕਿਉਂ ਉਹਦਾ ਵੱਡਾ ਹੈਗਾ,
ਸੀਐਮ ਨੇ ਜਿਹੜੇ ਕਰੇ ਨੇ ਗਲਤ ਕੰਮ ਤਾਂ ਕਈ ਕਰ ਗਿਆ। ਇੱਕ ਤਾਂ ਜਿਹੜੀ ਜਰਨਲ ਕੈਟਾਗਰੀ ਨੂੰ 600 ਯੂਨਿਟ ਮਾਫ ਕਰੀ ਤੀ, ਖਰਸਾ ਚ ਆ ਕੇ ਬੰਦ ਹੋ ਜਾਂਦੀ ਹੈ ਕਿ ਜਦੋਂ ਉੱਤੇ ਟੱਪ ਗਈ ਸਾਰਿਆਂ ਨੂੰ ਬਿੱਲ ਆਊਗਾ। ਸਾਨੂੰ ਤਾਂ ਦੋ ਕੁ ਬਿੱਲੀ ਰਹਿ ਜਾਣੇ ਨੇ, ਉਹਨਾਂ ਦੀ ਸਾਨੂੰ ਕੋਈ ਖਾਸ ਬੈਨੀਫਿਟ ਨਹੀਂ ਮਿਲਿਆ। ਦੂਜਾ ਹੁਣ ਜਿਹੜੀਆਂ 1000 ਰੁਪਇਆ ਮਹੀਨਾ ਬੁੜੀਆਂ ਨੇ, ਮੈਂ ਇੱਥੇ ਪ੍ਰਧਾਨਗੀ ਕਰੀ ਹੈ, ਕਿਸ ਸਾਲ ਐਤਕੀ ਛੱਡੀ ਹੈ, ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੀ, ਇਸ ਵਾਰ ਕੇ ਛੱਡੀ ਹੈ। ਜਦੋਂ 1000 ਰੁਪਇਆ ਮਹੀਨਾ ਬੁੜੀਆਂ ਮੰਗਦੀਆਂ ਨੇ, ਜਿੱਦੇ ਉਹ ਵੋਟ ਪਾਉਣਗੀਆਂ ਉਦੇ ਨੂੰ ਉਹ 28-28 ਹਜ਼ਾਰ ਦੀਆਂ ਮਾਲਕ ਬਣਦੀਆਂ ਨੇ। ਹਰ ਇੱਕ ਮਹੀਨੇ ਨਾਲ ਗਰੰਟੀ ਦਿੱਤੀ ਹੋਈ ਆ ਕੇਜਰੀਵਾਲ ਦੀ ਵੀ ਹਰ ਇੱਕ ਬੁੜੀ ਨੂੰ। ਹੁਣ ਬੁੜੀਆਂ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਡਲਿਆਂ ਦੇ ਬੱਠਲ ਭਰ ਲਓ, ਲੱਡੂ ਵੱਟ ਲਓ ਮਿੱਟੀ ਜੀ ਦੇ, ਵੀ ਜਿਹੜਾ ਆ ਜਾ ਕਰੂ ਛੌਂ ਕਰਦਿਆ ਕਰੋ, ਵੀ ਪਤਾ ਲੱਗੇ ਵੀ ਸਾਨੂੰ 1000 ਰੁਪਇਆ ਮਹੀਨਾ ਗਰੰਟੀ ਕਾਹਦੀ ਹੈ, ਕਿੰਨਾ ਬਣ ਗਿਆ ਫਿਰ ਇਹਨਾਂ ਦਾ? ਹੁਣ ਤਾਂ 28-28 ਮਹੀਨੇ ਹੋ ਜਾਣਗੇ ਜਿੱਦੇ ਵੋਟ ਪਾਉਣਗੀਆਂ, 28-28 ਹਜ਼ਾਰ ਤਾਂ ਬੁੜੀਆਂ ਦਾ ਇੱਕ ਦਾ ਬਣਦਾ ਪੂਰਾ ਰੱਖਿਆ ਹੋਇਆ, ਪੂਰਾ ਰੱਖਿਆ ਹੋਇਆ ਜੀ, ਰੋਜ਼ ਰੱਖਦੇ ਹਾਂ ਇਸ ਗੱਲ ਦਾ, ਰੋਜ਼ ਗਣਦੇ ਹਾਂ। ਬਾਕੀ ਰਹੀ ਗੱਲ ਜ਼ਿਮੀਂਦਾਰਾਂ ਨਾਲ, ਜਿੱਥੇ ਕਿਤੇ ਨੁਕਸਾਨ ਹੁੰਦਾ ਹੈ ਉਹ ਤਾਂ ਪਰਮਾਤਮਾ ਨਾ ਕਰੇ, ਸਾਨੂੰ ਪਰਮਾਤਮਾ ਦੇਣ 'ਤੇ ਹੀ ਰਹਿ ਜਾਂਦਾ ਹੈ। ਇਹ ਕਹਿੰਦੇ ਜੀ ਅਸੀਂ 50,000 ਪਰ ਏਕੜ ਦੇਵਾਂਗੇ, ਜਿੱਥੇ ਕੋਈ ਗੋਲਾ ਕਾਕੜਾ ਜਾਂ ਪਾਣੀ ਹੜ੍ਹ ਮਾਰਦਾ, ਕੋਈ ਵੀ ਕਿਸੇ ਤਰ੍ਹਾਂ ਦਾ ਵੇਧ ਪੈ ਕੇ ਨੁਕਸਾਨ ਹੁੰਦਾ, ਪਰ ਦਿੱਤਾ ਕਿਸੇ ਨੂੰ ਕੁਛ ਨਹੀਂ ਹੈਗਾ। ਕਿਸਾਨੀ ਨਾਲ ਧੱਕਾ ਹੁੰਦਾ ਹੈ, ਕਿਸਾਨੀ ਬਾਰਡਰ ਦੇ ਉੱਤੇ ਧਰਨਾ ਲਾ ਲਿਆ, ਇਹਦੀ ਬੁੱਕਲ ਦੇ ਵਿੱਚ ਭਗਵੰਤ ਮਾਨ ਦੀ 'ਤੇ ਡਰੋਨ ਹਮਲੇ ਹੋਈ ਗਏ ਨੇ। ਡਰੋਨ ਹਮਲੇ ਹੋਣਾ ਕੋਈ ਮਾਇਨੇ ਨਹੀਂ ਰੱਖਦਾ, ਡਰੋਨ ਹਮਲੇ ਤਾਂ ਰੂਸ ਯੂਕਰੇਨ ਦੇ ਵਿੱਚ ਹੋ ਰਹੇ ਨੇ, ਸਾਡੇ ਕਿਸਾਨਾਂ 'ਤੇ ਹੋਈ ਗਏ ਨੇ। ਇਹਦੀ ਧਰਤੀ ਦੇ ਵਿੱਚ ਆ ਕੇ ਇਹਦੀ ਬੁੱਕਲ ਦੇ ਵਿੱਚ ਇਹਨੇ ਗੱਲ ਹੀ ਨਹੀਂ ਕੀਤੀ ਉਹਦੀ, ਮੁੜ ਕੇ ਪਤਾ ਨਹੀਂ ਸਮਝ ਨਹੀਂ ਆਇਆ, ਇਹਦਾ ਵੀ ਗੁੱਸਾ ਹੈਗਾ, ਪੂਰਾ ਗੁੱਸਾ ਜੀ। ਸਾਡੇ ਕਿਸਾਨ ਮਾਰੇ ਗਏ, ਕਿੰਨੇ ਅੰਨੇ ਹੋ ਗਏ ਜੀ, ਨਿਗਾਹ ਬਾਗੀ ਬਹੁਤ ਸਾਰਿਆਂ ਦੀ, ਕਹੇ ਮਾਰੇ ਗਏ, ਉਹ ਇਕੱਲਾ ਪੁੱਤ ਤੀਕੇ ਦਾ ਗਰੀਬ ਸ਼ੁਭਦੀਪ ਉਹ ਮਾਰਿਆ ਗਿਆ, ਕਿਸਾਨ ਉੱਥੇ ਬੈਠੇ ਨੇ। ਜਦੋਂ ਇੰਨਾ ਧੱਕਾ ਕਰ ਰਹੇ ਨੇ ਕਿ ਪੰਜਾਬ ਪੁਲਿਸ ਨਹੀਂ ਛੂਟ ਦੇ ਸਕਦਾ ਵੀ ਇਹ ਭਈਆ ਇੱਧਰੋਂ ਮੇਰੇ ਏਰੀਏ 'ਚ ਕਰਨਗੇ ਤਾਂ ਅਸੀਂ ਵੀ ਕਰਾਂਗੇ। ਮੁੱਖ ਮੰਤਰੀ ਅਸੀਂ ਨੇ ਤਾਂ ਕਹਿੰਦੇ ਰਖਵਾਲਾ ਮੈਂ ਕਿਸਾਨਾਂ ਦਾ, ਪਰ ਝੂਠ ਮਾਰਨਾ ਤਾਂ ਸਹੀ ਨਹੀਂ ਹੈਗਾ ਵੀ ਇਹਦੀ ਜ਼ਿੰਮੇਵਾਰੀ ਬਣਦੀ ਸੀ। ਸਾਡੇ ਕਿਸਾਨ ਬਹੁਤ ਮਾਰੇ ਗਏ, ਹੁਣ 1000 ਰੁਪਇਆ ਮਹੀਨੇ ਦਾ ਡਿਸਪੂਟ ਹੈ। ਬੁਢਾਪਾ ਪੈਨਸ਼ਨ ਇਹਨਾਂ ਨੇ ਕਿਹਾ ਸੀ ਵੀ 2500 ਰੁਪਇਆ ਜਿਹੜਾ 60 ਸਾਲ ਦਾ ਹੋ ਜਾ ਕਰੂ ਬੰਦਾ ਉਹਨੂੰ ਦੇਵਾਂਗੇ। ਮੇਰੀ ਹਾਜ਼ਰੀ 'ਚ ਮੀਟਿੰਗਾਂ ਹੁੰਦੀਆਂ ਰਹੀਆਂ ਨੇ, ਤਾਂ ਹੁਣ ਫਿਰ ਕਹਿੰਦੇ ਨਹੀਂ ਇਹਦੇ ਨਾਂ 'ਤੇ ਜੀ ਜੇ ਫਾਰਮ ਵੱਧ ਘੱਟ ਗਿਆ, ਇਹਦੇ ਉਹ ਵਾਹਣ ਹੈ। ਜਿਹੜੇ ਗੱਲਾਂ ਕਰੀਆਂ ਤੀਆਂ ਉਹ ਸਹੀ ਨਹੀਂ, ਆਪ ਜਹਾਜ਼ਾਂ 'ਚ ਹੈਲੀਕਾਪਟਰ ਫੂਕ ਕੇ ਜਾ ਕੇ ਬਾਹਰ ਰਹਿ ਗਏ ਨੋਟਾਂ ਦੇ ਪਿੱਛੇ। ਹੁਣ ਵੀ ਇਹ ਨੋਟਾਂ ਨਾਲ ਹੀ ਲੜਾਈ ਰਹੇਗੀ ਇਹਨਾਂ ਦੀ, ਨਾ ਅਕਾਲੀਆਂ ਨਾਲ ਹੈ ਨਾ ਕਾਂਗਰਸ ਨਾਲ ਹੈ, ਨੋਟਾਂ ਦੇ ਪਿੱਛੇ ਹੀ ਰਹਿਣਾ ਹੈ, ਨੋਟਾਂ ਨਾਲ ਹੀ ਟੱਕਰ ਰਹੂਗੀ ਆਮ ਆਦਮੀ ਪਾਰਟੀ ਦੀ ਸਰਕਾਰ। ਅੱਛਾ, ਕਾਂਗਰਸ ਦੀ ਸਰਕਾਰ ਜਾਂ ਫਿਰ ਅਕਾਲੀਆਂ ਦੀ ਸਰਕਾਰ ਜਾਂ ਹੁਣ ਆਮ ਆਦਮੀ ਪਾਰਟੀ ਸਰਕਾਰ, ਕਿਹੜੀ ਵਧੀਆ ਲੱਗੀ? ਦੇਖੋ ਸਰਕਾਰ ਤਾਂ ਹਜੇ ਸਾਨੂੰ ਕੁਛ ਨਹੀਂ ਕਹਿ ਸਕਦੇ, ਜਿਹੜੀ ਬਿਜਲੀ ਹੈ ਇਹ ਉਡਾਨੀ ਦੇ ਰਹੇ ਨੇ ਇਹਨੂੰ, ਉਹਨਾਂ ਦੇ ਕਹਿਣ ਮੁਤਾਬਕ ਇਹ ਕੰਮ ਕਰਦਾ ਹੈ। ਬਿਜਲੀ ਦਾ ਤਾਂ ਮੈਨੂੰ ਇੰਨਾ ਜ਼ਰੂਰ ਪਤਾ ਵੀ ਇਹ ਸਾਰੀ ਉਹਨਾਂ ਨੇ ਕਹਿਤਾ ਵੀ ਜਿੰਨੀ ਲੋੜ ਆ ਦੇ, ਵੀ ਜੋ ਆਏ ਜਿਵੇਂ ਉਹ ਕਹਿੰਦਾ ਉਹ ਰੋਟੀ ਬਣਾਈ ਜਾਂਦਾ, ਸਾਡੇ ਵਾਸਤੇ ਨਹੀਂ ਰਿਹਾ ਹੈਗਾ। ਅੱਛਾ, ਭਗਵੰਤ ਮਾਨ ਸਰਕਾਰ ਨੂੰ ਉਡਾਨੀ ਦੇ ਰਹੇ, ਬਸ ਉਹਨਾਂ ਨੇ ਹੱਥ 'ਚ ਲੈ ਰੱਖਿਆ ਜਿਵੇਂ ਉਹ ਕਹਿੰਦੇ ਨੇ ਮੁਜ਼ਕਰੀ ਚੱਲਦੇ ਨੇ। ਸਾਡੀ ਜਿਹੜੀ ਜਨਤਾ ਦੀ ਹੈ, ਸਾਡੀ ਜਨਤਾ ਦਾ ਤਾਂ ਬਸ ਇੱਕ ਐਵੇਂ ਹੈਗਾ, ਕੁਛ ਨਹੀਂ, ਜਨਤਾ ਦੀ ਵੋਟ ਪਵਾ ਕੇ ਲੈ ਜਾਣਗੇ, ਹੱਥਾਂ ਨੂੰ ਸਨੂੜੀਆਂ ਚੱਕ ਕੇ ਲੈ ਜਾਂਦੇ ਆ, ਕੋਈ ਨਹੀਂ ਪੁੱਛਦਾ ਮੁੜ ਕੇ। ਹੁਣ ਜੀਰੀ 'ਤੇ ਲਾ ਲਓ ਡਿਸਪੂਟ ਕਰਤਾ ਵੀ ਊਸ਼ਾ 44 ਨਹੀਂ ਲਾਉਣੀ, ਹੁਣ 7 ਮਾਹਾਂ ਜਵਾਕ ਅਤੇ 9 ਮਹੀਨਿਆਂ ਵਾਲਾ ਜਵਾਕ ਦਾ ਫਰਕ ਹੁੰਦਾ ਹੈ। ਜਿਹੜੀ 100 ਉਹ ਪਾ ਕੇ ਪੱਕਦੀ ਹੈ, ਊਸ਼ਾ ਜੀਰੀ ਨੂੰ ਬੋਰੀ 'ਚ ਪਾ ਕੇ 2 ਸਾਲ ਰੱਖ ਦਿਓ, ਉਧਰੋਂ 26 ਦਾ ਰੱਖ ਦਿਓ ਗੱਟਾ, 2 ਸਾਲ ਜਿੱਥੇ ਮਰਜ਼ੀ ਧਰ ਲਿਓ ਤੁਸੀਂ ਸੁਕਾ ਕੇ, ਤੁਹਾਨੂੰ 2 ਸਾਲ ਬਾਅਦ ਉਹਨੂੰ ਜੋ 26 ਨੂੰ ਚੁੱਕੋਗੇ ਆਟਾ ਬਣ ਜੂਗਾ ਪਈ ਦਾ। ਊਸ਼ਾ ਜਿਉਂਦੀ ਧੋਂ ਪਈ ਹੋਊ ਜਿਹੀ ਜੀ ਧਰੋਂਗੇ ਤੁਸੀਂ, ਉਹ ਮੈਨੂੰ ਕੋ ਪਈ ਰਹਿੰਦੀ ਆ, 4-4 ਸਾਲ ਪਈ ਰਹਿੰਦੀ ਸਾਡੇ ਕੋਲ, ਬਈ ਵਾਰੀ ਉਹਨੂੰ ਕੁਛ ਨਹੀਂ ਹੁੰਦਾ। ਹੁਣ ਤੁਸੀਂ ਕਿਹੜੀ ਲਾ ਰਹੇ ਹੋ? ਹੁਣ ਤਾਂ ਜਿਹੜੀ ਅਸੀਂ ਤਾਂ ਕੋਈ ਆਪਣੀ ਹਿਸਾਬ ਨਾਲ ਲਾਵਾਂਗੇ, ਜਿਹੜੀ 2 ਮਨ ਸਾਨੂੰ ਹੁੰਦੀ ਹੈ, ਸਾਨੂੰ ਜਾਂ ਤਾਂ ਵੀ ਕੋਈ ਸਰਕਾਰ ਕੋਈ ਉਹਦਾ ਦੇਵੇ। ਹੁਣ ਜਿਹੜੀ 26 ਹੈ ਇਹਦਾ ਜੇ 65 ਲਾਉਂਦੇ ਹਾਂ ਤਾਂ ਇਹਦਾ ਮੋਚਰ 26-27 ਆਉਂਦਾ ਹੈ। ਸਰਕਾਰ ਤਾਂ ਤੁਹਾਡੇ ਪਿੰਡ ਦੀ ਹੈ? ਨਹੀਂ, ਸਰਕਾਰ ਸਾਡੇ ਪਿੰਡ ਦੀ ਹੋਵੇ ਜੀ, ਅਸੀਂ ਤਾਂ ਕਹਿ ਦਈਏ ਵੀ ਸਾਡੀ ਕੋਈ ਸੁਣੇ, ਸਾਨੂੰ ਪੁੱਛਿਆ ਜਾਣਾ ਚਾਹੀਦਾ ਸੀ। ਹੁਣ ਇਸ ਤਰ੍ਹਾਂ ਤਾਂ ਵੀ ਸਰਕਾਰ ਕੱਲ੍ਹ ਨੂੰ ਕਹਿ ਦੂ ਵੀ ਸਾਹ ਨਾ ਲਵੋ ਬੰਦ। ਪਿੰਡ ਜਦੋਂ ਆਉਂਦੇ ਭਗਵੰਤ ਮਾਨ ਮਿਲਦੇ ਹੋਣੇ ਸਾਰੇ? ਨਹੀਂ, ਮਿਲਦੇ ਨਹੀਂ ਹੈਗੇ। ਕਿਸੇ ਨਾਲ ਤਾਂ ਮਿਲਦੇ ਹੋ ਜੇ ਤੁਹਾਡੇ ਨਾਲ ਗੁੱਸਾ ਆਏ ਤੇ? ਹੱਥ ਮਿਲਾ ਲੈਂਦੇ ਨੇ, ਇਕੱਲਾ ਸਾਰੇ ਬੰਦੇ ਬੈਠੇ ਨੇ, ਕੋਈ ਪੁੱਛੋ ਵੀ ਮਿਲੇ ਨਹੀਂ ਹੈਗੇ। ਜਨਮ ਦਿਨ ਆਏ ਦਿਨ ਘਰੇ ਲੈ ਗਏ, ਕਹਿੰਦੇ ਮੈਂ ਲਾਊਂਗਾ ਟਾਈਮ, 5 ਮਿੰਟ ਨਹੀਂ ਖੜੇ, ਬਹੁਤ ਮਿੰਟ ਗਏ। ਹਾਂਜੀ, ਇਹਨੂੰ ਸੱਚ ਨੂੰ ਕੋਈ ਨਹੀਂ ਬੋਲਦਾ, ਮੈਂ ਹੀ ਬੋਲਦਾ। ਮੈਂ ਕਿਉਂ ਐਂ ਬੋਲਦਾ? ਮੈਂ ਸਹੀ ਖੜਾ ਸੀ, ਮੈਨੂੰ ਦੁੱਖ ਆਉਂਦਾ ਇਸ ਗੱਲ ਦਾ ਵੀ ਯਾਰ ਕਹਿਣਾ ਕੁਛ, ਕਮਾਉਣਾ ਕੁਛ, ਜਨਤਾ ਨਾਲ ਇਹ ਵਧੀਆ ਗੱਲ ਨਹੀਂ ਹੈਗੀ। ਹੁਣ ਬੁੜੀਆਂ ਨੇ ਗੀਆਂ, ਬੁੜੀਆਂ ਤਾਂ 1000 ਰੁਪਇਆ ਮਹੀਨਾ ਮੰਗਦੀਆਂ ਨੇ ਉਹਨਾਂ। ਮੈਂ ਤਾਂ ਉਹਨਾਂ ਨੂੰ ਕਿਹਾ ਵੀ ਭਾਈ ਹੁਣ ਸਾਡਾ ਤਾਂ ਅਸੀਂ ਤਾਂ ਕੋਸ਼ਿਸ਼ ਕਰੀ ਤੀ ਵੀ ਸਾਨੂੰ ਵੀ ਪਤਾ ਵੀ ਇਹ ਗਦਾਰ ਨਿਕਲ ਜਾਣਗੇ। ਹੁਣ ਕੇਜਰੀਵਾਲ ਸਾਹਿਬ ਤਾਂ ਇਮਾਨਦਾਰੀ ਤਾਂ ਜੇਲ੍ਹ 'ਚ ਬੈਠੀ ਹੈ, ਇਮਾਨਦਾਰੀ ਦੇ ਉੱਤੇ ਤਾਂ ਕਰੋੜਾਂ ਅਰਬਾਂ ਦਾ ਘਪਲਾ ਹੋਇਆ ਪਿਆ ਹੈ।
ਸ਼ਰਾਬ ਦੇ ਘਪਲੇ ਨੇ। ਸ਼ਰਾਬ ਦਾ ਘਪਲਾ ਤਾਂ ਪੰਜਾਬ ਵਿੱਚ ਵੀ ਹੋ ਗਿਆ, ਉਹੀ ਸਕੀਮ ਇੱਥੇ ਵੀ ਚਲਾਈ ਹੋਈ ਹੈ। ਵੋਟਾਂ ਤੋਂ ਮਗਰੋਂ ਕੋਈ ਵੀ ਸਰਕਾਰ ਆਉਂਦੀ ਹੈ, ਜੇ ਜਾਂਚ ਹੋਊਗੀ ਸ਼ਰਾਬ ਦਾ ਘਪਲਾ ਤਾਂ ਇੱਥੇ ਪੰਜਾਬ ਵਿੱਚ ਵੀ ਹੋ ਗਿਆ ਫਿਰ ਤਾਂ, ਜੇ ਉਹ ਘਪਲਾ। ਅੱਛਾ ਫਿਰ ਹੁਣ ਆਮ ਆਦਮੀ ਪਾਰਟੀ ਜੇ ਗੁੱਸੇ ਹੋ ਤਾਂ ਫਿਰ ਪਿੰਡ ਦੀ ਵੋਟ ਕਿੰਨੀ ਕਿੱਧਰ ਨੂੰ ਜਾ ਸਕਦੀ? ਤਾਂ ਨਹੀਂ ਦੇਖਣਾ, ਆਪਾਂ ਤਾਂ ਕੁਛ ਨਹੀਂ ਕਹਿ ਸਕਦੇ ਇਹਦੇ ਬਦਲੇ 'ਚ, ਪਰ ਹੁਣ ਆਪਾਂ ਤਾਂ ਛੱਡ ਗਏ, ਪਾਰਟੀ ਨੂੰ ਛੱਡਤੀ ਆਪਾਂ ਤਾਂ, ਜਦੋਂ ਯਾਰ ਬੇਅਮੀ ਬਈ ਬੇਇੱਜ਼ਤੀ ਪਤਾ। ਹੁਣ ਕਿਹਦੇ ਵਿੱਚ ਆ ਗਏ? ਹੁਣ ਸੁਖਬੀਰ ਬਾਦਲ ਨਾ ਵਗੇ ਤੇ। ਅੱਛਾ, ਅਕਾਲੀ ਬਣ ਗਏ? ਹਾਂਜੀ, ਪੱਗਾਂ ਦੇ ਰੰਗ ਬਦਲ ਗਏ? ਬਦਲ ਗਏ ਜੀ, ਆਪੀ ਬਦਲ ਜਾਣਗੇ। ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਮਿਲਦੇ ਤਾਂ ਉਹਦਾ ਜੀ, ਉਹਨੂੰ ਮਿਲਿਆ ਜਦੋਂ ਮੈਂ ਇੰਨੀ ਫੋਰਸ ਹੁੰਦੀ ਹੈ, ਉਹ ਤਾਂ ਇੰਨੇ ਚਿਰ ਦੇ ਨੇ, ਉਹਨਾਂ ਨੇ ਮੇਰੀ ਕੋਈ ਤਲਾਸੀ ਨਹੀਂ ਲਈ। ਜਦੋਂ ਮੈਂ ਇਹਨਾਂ ਦੇ ਘਰੇ ਜਾਊਂਗਾ ਤਾਂ ਮੇਰੀ ਇੱਥੇ ਗੀਜਾ ਕਿਤੇ ਪੁੱਠਾ ਕਰਕੇ ਕਿਤੇ ਸਿੱਧਾ ਕਰਕੇ, ਯਾਰ ਸਾਡੀਆਂ ਤਲਾਸੀਆਂ ਹੋਈ ਜਾਂਦੀਆਂ ਨੇ, ਸਮਝ ਨਹੀਂ ਆਉਂਦੀ ਅਸੀਂ ਬੰਬ ਬੰਨੀ ਫਿਰਦੇ ਹਾਂ ਯਾਰ। ਅੱਛਾ, ਪਿੰਡ ਦੇ ਹੀ ਬੰਦਿਆਂ ਤੋਂ? ਮੈਂ ਕਹਿੰਦਾ ਜੀ, ਇੰਨੀ ਤਲਾਸੀ ਕਰਦੇ ਨੇ, ਅੰਤੀ ਨਹੀਂ, ਕੋਠੀ ਪੱਕ ਜਾਓ, ਉੱਥੇ ਚਾਰ ਥਾਵੇਂ ਤਲਾਸੀ ਕਰਕੇ, ਉੱਥੇ ਇਹ ਕੀ ਆਹ ਥੋੜ੍ਹਾ ਜਿਹਾ ਪਾਈਪਾਂ ਦਾ ਭੜੋਲੀਆਂ ਦਾ ਰੌਲਾ ਤੀ, ਮੈਂ ਕੋਰਟ ਕੇਸ ਲਾਤਾ, ਠੇਕੇਦਾਰ ਘਰੇ ਆ ਗਿਆ ਨਾ ਕੋਲੇ, ਇਹਦੀ ਮਾਂ ਨੇ ਉੱਥੇ ਕੋਠੀ ਸੱਦ ਲਏ ਉਰੇ ਗੱਲ ਕਰਨ ਦੇ। ਮੈਂ ਰਹਿ ਗਿਆ, ਮੈਨੂੰ ਜਦੋਂ ਕਹਿੰਦੇ ਵੀ ਗੀਜਾ ਵੀ ਪੁੱਠਾ ਕਰੋ, ਮੈਂ ਕਿਹਾ ਯਾਰ ਸਾਰਾ ਕੁਝ ਬਟੂਆ ਤੁਹਾਨੂੰ ਫੜਾਤਾ, ਮੋਬਾਈਲ ਫੜਾਤਾ, ਕੁਛ ਨਹੀਂ ਮੇਰੇ ਕੋਲ, ਖਾਲੀ ਗੀਜੇ ਫਾੜ ਕੇ ਮੈਂ ਪਜਾਮਾ ਤਾਰਨਾ ਸ਼ੁਰੂ ਕਰ ਦਿੱਤਾ ਵੀ ਭਾਈ ਮੈਂ ਸਾਰੇ ਕੱਪੜੇ ਹੀ ਲਾਹਨਾ, ਵੀ ਤੁਸੀਂ ਫਰੋਲੀ ਜਾਇਓ ਮੈਂ ਵਗ ਜੂੰ, ਜਾਂ ਹੋਰ ਦੇ ਦਿਓ ਕੱਪੜੇ ਪਾਉਣ ਨੂੰ। ਯਾਰ ਸਾਡੇ ਪਿੰਡ ਦਿਆਂ ਦੀ ਤਲਾਸੀ ਹੋਈ ਜਾਂਦੀ ਹੈ, ਹੁਣ ਉਹਨੂੰ ਮਿਲਿਆ ਜਦੋਂ ਮੈਂ ਉੱਥੇ ਮਾਨਸਾ ਮਿਲਿਆ ਸੀ, ਮੈਨੂੰ ਕਿਸੇ ਨੇ ਵੀ ਨਹੀਂ ਰੋਕਿਆ। ਪਰ ਮੁੱਖ ਮੰਤਰੀ ਹੈ, ਫਿਰ ਵੀ ਸਿਕਿਉਰਿਟੀ ਦਾ ਕੰਮ ਹੁੰਦਾ? ਨਹੀਂ, ਇਹ ਤਾਂ ਕਹਿੰਦਾ ਸੀ ਮੈਂ ਸਿਕਿਉਰਿਟੀ ਲੈਂਦਾ ਹੀ ਨਹੀਂ, ਕਹਿੰਦਾ ਮੈਂ ਤਾਂ ਸੋਡੇ ਵਰਗਾ ਖੜਾ ਹੈ ਕਹਿੰਦਾ ਸੀ, ਪਰ ਹੁਣ ਕੀ ਹੋ ਗਿਆ ਫਿਰ? ਹੁਣ ਸਾਡੇ ਤੋਂ ਖਤਰਾ ਪੈਦਾ ਕਿਉਂ ਹੋ ਗਿਆ? ਜੇ ਸਾਡੇ ਤੋਂ ਖਤਰਾ ਪੈਦਾ ਤਾਂ ਅਸਤੀਫਾ ਦੇ ਦੇ, ਇਹੀ ਗੱਲ ਇਹ ਪਹਿਲਾਂ ਕਹਿੰਦਾ ਸੀ ਵੀ ਮੈਂ ਵੀ ਇਸੇ ਵੀ ਉਹਨਾਂ ਨੂੰ ਖਤਰਾ ਲੋਕਾਂ ਤੋਂ ਆ ਜਨਤਾ ਤੋਂ ਵੀ, ਤਾਂ ਉਹ ਛੱਡ ਦੇਣਾ ਅਸੀਂ ਸਾਂਭ ਲਾਂਗੇ, ਤਾਂ ਹੁਣ ਇਹਨੂੰ ਕਿਉਂ ਖਤਰਾ ਪੈਦਾ ਹੋਊਗਾ ਸਾਡੇ ਤੋਂ? ਇਹ ਤਾਂ ਵੱਡੀ ਗੱਲ ਆ ਸਭ ਤੋਂ, ਇਹਨੂੰ ਕਿਉਂ ਖਤਰਾ ਸਾਡੇ ਤੋਂ? ਸਾਥੋਂ ਹੀ ਖਤਰਾ ਹੋ ਗਿਆ, ਜੋ ਸਾਨੂੰ ਲੱਭੇ ਨਹੀਂ ਜਾਣ ਨਹੀਂ, ਸਿਕਿਉਰਿਟੀ ਉੱਥੇ ਵਗ ਜੋ ਬਾਹਰ ਕੇ ਹੁਣ ਪਤਾ ਲੱਗ ਜਾਂਦਾ ਤਾਂ ਸਟੋਜ ਦਾ ਨਾਂ ਲੈ ਦੇ ਤਾਂ ਮੋੜ ਦਿੰਦੇ ਨੇ ਬਾਈ, ਕੋਈ ਉੱਥੇ ਮਿਲਿਆ ਨਹੀਂ ਕਿ ਤੁਸੀਂ ਲਾ ਲਓ ਵੀ ਅੱਧਾ ਸਮਾਂ ਮੂੰਹ ਟੱਪ ਚੱਲਿਆ। ਮੈਂ 3 ਵਾਰੀ ਗਿਆ ਤੀ, ਮੁੜ ਕੇ ਆਪਾਂ ਗਏ ਨਹੀਂ, ਕੋਈ ਮਿਲਿਆ ਮੁਲਿਆ ਨਹੀਂ ਹੈਗਾ, ਕਿਉਂ ਬਹਿ ਕੇ ਕੋਈ ਗੱਲ ਹੋ ਜਾਂਦੀ, ਹੁਣ ਗੱਲ ਹੀ ਨਹੀਂ ਹੋਈ ਜਦੋਂ ਸਮਾਂ ਹੀ ਲੰਘ ਗਿਆ। ਹੁਣ ਜੋ ਫਿਰ ਤਾਂ ਵੋਟਾਂ 'ਚ ਯੂਜ ਕਰਨ ਵੇਲੇ ਤਾਂ ਸੌ ਆਉਂਦਾ ਹੈ, ਹੁਣ ਤਾਂ 20 ਫੋਨ ਆਉਂਦੇ ਨੇ ਭਾਜਪਾ ਵਾਲਿਆਂ ਦੇ ਆਉਂਦੇ, ਅਤੇ ਮਹਾਂ ਭਾਈ ਸਾਡੇ ਜੱਟਾਂ 'ਤੇ ਪਹਿਲਾਂ ਹੀ ਵਿਰੋਧ ਹੈ ਤੁਹਾਡਾ, ਜੇ ਸਾਡੇ ਜੱਟਾਂ ਦਾ ਹੱਲ ਕੱਢ ਦਿੰਦੇ ਆਪਾਂ ਖੜ ਵੀ ਜਾਂਦੇ, ਕਿਉਂ ਜੇ ਕੋਈ ਮਾੜਾ ਮੋਟਾ ਸੁਧਾਰ ਕਰਦੇ ਤਾਂ ਆਪਾਂ ਸਹਿਮਤ ਵੀ ਹੋ ਜਾਂਦੇ। ਹੁਣ ਤੋਂ ਉਹਦਾ ਜੱਟਾਂ ਨਾਲ ਤਾਂ ਦੁਸ਼ਮਣੀ ਪੈ ਰਹੀ ਹੈ, ਕਿਸਾਨ ਮਜ਼ਦੂਰ ਨਾਲ ਦੁਸ਼ਮਣੀ ਹੈ, ਕਿਉਂ ਸਿੱਧਾ ਜੇ ਅਡਾਨੀਆਂ ਦੇ ਸੈਲੋ ਵਿੱਚ ਸਮਾਨ ਲਹੂਗਾ ਤਾਂ ਕੌਣ ਝਾਰ ਵਾਲੇ ਨੂੰ, ਕਿਹਨੂੰ ਲਦਾਈ ਵਾਲੇ ਨੂੰ, ਕਿਹਨੂੰ ਪੈਸੇ ਦਿਹਾੜੀਆਂ ਮਰ ਜਾਣੀਆਂ, ਸਾਡੀ ਖਤਮ ਹੋ ਜੂ, ਅਗਲਾ ਉੱਥੇ ਲਹਾਵੇ ਨਾ ਪਾਵਾਂ, ਕਿੰਨੇ ਦਿਨ ਟਰਾਲੀਆਂ ਲੈਣਾਂ 'ਚ ਲੱਗੀਆਂ ਖੜੀਆਂ, ਕੌਣ ਕਿਰਾਇਆ ਭਰੂ ਇੰਨੇ ਦਿਨਾਂ ਦਾ, ਵੀ ਜਿਹੜੇ ਰਸੂਲ ਗਲਤ ਨੇ ਉਹਨਾਂ ਦੇ ਤਾਂ ਚੱਲ ਕੇ ਹੁਣ ਇਹਨਾਂ 'ਤੇ ਸਾਨੂੰ ਮਾਨਤੀ ਗਾਏ ਵੀ ਤੋੜ ਗਏ। ਹੁਣ ਇਹਨਾਂ ਨੇ ਤਾਂ ਜ਼ਿਆਦਾ ਤਾਂ ਇਹਨਾਂ ਨੇ ਪਤਾ ਨਹੀਂ ਲੱਗਿਆ ਵੀ ਹੁਣ ਆਮ ਘਰਾਂ ਦੇ ਮੁੰਡੇ ਕਿਹੜਾ ਮਰ ਗਏ ਤੇ, ਹੁਣ ਕੈਬਨਿਟ ਮੰਤਰੀ ਕਿਉਂ ਖੜੇ ਕੀਤੇ ਨੇ, ਕਿਉਂ MLA ਖੜੇ ਕੀਤੇ ਨੇ, ਅਸੀਂ ਡਬਲ ਨੁਕਸਾਨ ਕਰਾਂਗੇ ਪੰਜਾਬ ਦਾ, ਡਬਲ ਨੁਕਸਾਨ ਤਾਂ ਹੋਊਗਾ। ਕੈਬਨਿਟ ਮੰਤਰੀ ਨੇ ਜਿਹੜੇ, ਜੇ ਉਹਨਾਂ ਨੂੰ ਜਿੱਤੇ ਆਉਂਦੇ ਆ ਤਾਂ ਸਾਰੇ ਉਹ ਵਿਹਲੇ ਨੇ, ਨੌ MLA ਵਗੈਰਾ ਤੇ ਕੈਬਨਿਟ ਮੰਤਰੀ ਖੜੇ ਕਰ ਛੱਡੇ ਨੇ, ਤਾਂ ਉਹ ਦੁਬਾਰੇ ਵੋਟਾਂ ਪੈਣੀਆਂ ਸਾਡੇ ਪੰਜਾਬ ਦਾ, ਵੀ ਤਾਂ ਪਹਿਲਾਂ ਹੀ ਕਰਜ਼ਾ ਬਹੁਤ ਹੈ, ਰੋਜ਼ ਕਰਜ਼ਾ ਲੈ ਲੈਂਦੇ ਨੇ, ਕਹਿੰਦੇ ਨੇ ਖਜ਼ਾਨਾ ਭਰਿਆ ਹੋਇਆ, ਜਦੋਂ ਲੈਂਦੇ ਨੇ ਪਤਾ ਲੱਗਦਾ ਵੀ 25,000 ਕਰੋੜ ਦਾ, 2500 ਕਰੋੜ ਦਾ, ਜਾਂ ਵੀ ਕਿੰਨੇ ਦਾ ਲੈ ਲਿਆ ਉਹਨੇ, ਫਿਰ ਥੋੜ੍ਹੇ ਦਿਨਾਂ ਬਾਅਦ ਖਜ਼ਾਨਾ ਭਰਿਆ ਕਿਉਂ ਬੋਲਦੇ ਨੇ, ਜੋ ਕਰਜ਼ਾ ਕਾਹਦੇ ਵਾਸਤੇ ਲਿਆ ਜਾਂਦਾ। ਜਿਹੜੇ ਪੈਸੇ ਨੇ ਉਹ ਤੇਲ ਅਤੇ ਪੈਟਰੋਲ 'ਤੇ ਮਚਾ ਦੇ, 5 ਸੂਬਿਆਂ ਦੇ ਵਿੱਚ ਬਹੁਤ ਖਰਚਾ ਕੀਤਾ, ਪਰ ਨੋਟਾਂ ਪਿੱਛੇ ਰਹਿ ਗਏ। ਹੁਣ ਪੰਜਾਬ ਵੀ ਮੇਰੇ ਖਿਆਲ 'ਚ ਵੀ ਸਿਆਣਾ ਹੋ ਗਿਆ, ਇਸ ਵਾਰੀ ਨੋਟਾਂ ਦੇ ਮਗਰ ਹੀ ਰੱਖੂਗਾ, ਨੋਟਾਂ ਦੀ ਜ਼ਿਆਦਾ ਅੱਗੇ ਪਹਿਲੋਂ ਬਣ ਦਿੱਤੀ ਜਾਂਦੀ ਹੈ। ਠੀਕ ਹੈ, ਬਿਲਕੁਲ, ਧੰਨਵਾਦ ਤੁਹਾਡਾ, ਥੈਂਕ ਯੂ ਜੀ, ਆਇਆਂ ਨੂੰ ਸਾਡੇ ਪਹੁੰਚੋ ਸਟੋਜ ਦੇ ਵਿੱਚ, ਆਉਂਦੇ ਜਾਂਦੇ ਰਿਹਾ ਕਰੋ, ਬਾਕੀ ਖਲਾਸੇ ਕਰਦੇ ਰਿਹਾ ਕਰਾਂਗੇ, ਵਾਰ ਵਾਰ ਜੋ ਵੀ ਖਲਾਸੇ ਨੇ ਖੋਲਦੇ ਜਾਵਾਂਗੇ, ਪਰਤਾਂ ਅੰਦਰਲੀਆਂ ਵੀ ਖੋਲ ਦਾਂਗੇ ਹੌਲੀ ਹੌਲੀ, ਜਿਹੜਾ ਕੁਛ ਹੁੰਦਾ ਗਾ ਉਹੀ ਕੁਛ ਇਹ ਕਰਦੇ ਨੇ, ਹੌਲੀ ਹੌਲੀ ਸਾਰੀਆਂ ਪਰਤਾਂ ਦੀ ਉਹ ਚੋਣਾਂ ਨੇੜੇ ਆਉਣੀਆਂ ਜਾਂ ਖੋਲਦੇ ਜਾਵਾਂਗੇ, ਕੋਈ ਚੱਕਰ ਨਹੀਂ। ਧੰਨਵਾਦ ਆ, ਮੇਰੀ ਵਾਲੀ ਜਿਹੜੀ ਵੀਡੀਓ ਸੁਖਬੀਰ ਬਾਦਲ ਦੇ ਐਡ 'ਚ ਜ਼ਰੂਰ ਪਾ ਦਿਓ, ਵੀਰਵਾਨ ਕਹਿੰਦੀ ਕਿ ਮੈਂ ਤੁਹਾਨੂੰ ਬੇਨਤੀ ਕਰਦਾ, ਠੀਕ ਹੈ, ਉਹਨੂੰ ਵੀ ਪਤਾ ਲੱਗੇ, ਬੇਨਤੀ ਕਰ ਦਿਓ ਵੀ ਦੇਖ, ਹਾਂ ਕਰਤੀ ਮੈਂ, ਵੀ ਹਾਂ ਮੇਰੀ ਜ਼ਰੂਰ, ਤੁਸੀਂ ਵੀ ਕਿਉਂ ਪਾ ਦਿਓ, ਤੁਹਾਨੂੰ ਪਤਾ ਹੁੰਦਾ ਨੰਬਰਾਂ ਦਾ, ਪਹੁੰਚਦੀ ਕਰ ਦਿਓ, ਜਿੱਥੇ ਮਰਜ਼ੀ ਚਲਾਇਓ ਆਪਾਂ ਨੂੰ ਕੋਈ ਨਹੀਂ, ਆਪਾਂ ਸੱਚੀ ਬੋਲਿਆ, ਜਿੰਨੀ ਗੱਲ ਆ ਸਹੀ ਹੋਊਗੀ। ਹਾਂਜੀ, ਕੈਮਰਾ ਪਰਸਨ ਜਸਪ੍ਰੀਤ ਸਿੰਘ ਦੇ ਨਾਲ ਰਾਹੁਲ ਕਾਲਾ, ਦ ਖਾਲਸ TV, ਸਤੌਜ, ਪਿੰਡ ਸੰਗਰੂਰ।